ਓਏ ਹੋਏ 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 ਧਾਕੜ ਪਰਫਾਰਮੈਂਸ ਅਮੇਜ਼ਿੰਗ ਅਮੇਜ਼ਿੰਗ ਸੁਪਰਬ ਆਪਾਂ ਪੁਰਾਣੀਆਂ ਯਾਦਾਂ ਨੂੰ ਤਾਜ਼ੀਆਂ ਕਰ ਲਈਏ ਸੱਜਣ ਭਾਅ ਜੀ ਤੋਂ ਪੁੱਛ ਲਈਏ ਕਿਹੋ ਜਿਹੀ ਸੀ ਪਰਫਾਰਮੈਂਸ ਜ਼ਰੂਰ ਬਹੁਤ ਅੱਛਾ ਗਾਇਆ ਨਿਮਰਤ ਬਹੁਤ ਸੋਹਣਾ ਗਾਇਆ ਗੋਡ ਬਲੈਸ ਯੂ ਗੋਡ ਬਲੈਸ ਯੂ ਬਹੁਤ ਹੀ ਅੱਛਾ ਗਾਇਆ ਥੈਂਕ ਯੂ ਸੋ ਮਚ ਥੈਂਕ ਯੂ ਜੀ ਥੈਂਕ ਯੂ ਸੋ ਮਚ ਜੱਸੀ ਭਾਅ ਜੀ ਕੁਝ ਕਹਿਣਾ ਚਾਹੁੰਦੇ ਨੇ ਇੱਕ ਗੱਲ ਕਹਿਣਾ ਚਾਹੁੰਦਾ ਕਿਉਂਕਿ ਨਿਮਰਤ ਨੇ ਨਾ ਜੋ ਇੱਕ ਚੀਜ਼ ਸੰਭਾਲ ਕੇ ਰੱਖੀ ਹੋਈ ਹੈ ਉਹ ਸਾਡੇ ਮਾਝੇ ਦੀ ਬੋਲੀ ਹੈ ਜੀ ਉਹ ਇੱਕ ਜਿਹੜਾ ਸਾਡਾ ਡਾਇਲੈਕਟ ਹੈਗਾ ਉਹ ਉਹਦੇ ਵਿੱਚ ਗਾਣਾ ਬਹੁਤ ਘੱਟ ਲੋਕਾਂ ਨੇ ਉਹਨੂੰ ਸੰਭਾਲਿਆ ਕਿਉਂਕਿ ਸਾਡੇ ਵੱਲ ਦੇ ਕਲਾਕਾਰ ਥੋੜ੍ਹੇ ਹੀ ਹੋਏ ਆ ਬਟ ਬਹੁਤ ਬਹੁਤ ਮੁਬਾਰਕ ਨਿਮਰਤ ਔਰ ਇਹਨੂੰ ਸੰਭਾਲ ਕੇ ਰੱਖਣਾ ਇੱਦਾਂ ਹੀ ਗਾਣਾ ਨਿਮਰਤ ਤੁਹਾਡਾ ਕੋਈ ਇਹਦੇ ਨਾਲ ਮਤਲਬ ਇਸ ਗੀਤ ਦੇ ਨਾਲ ਕੁਛ ਇਹੋ ਜਿਹੀ ਮੈਮਰੀਜ਼ ਜੁੜੀਆਂ ਹੋਈਆਂ ਨੇ ਬਿਲਕੁਲ ਜੀ ਸੀਜ਼ਨ 3 ਦੇ ਵਿੱਚ ਮੈਂ ਇੱਕ ਗ੍ਰੈਂਡ ਫਿਨਾਲੇ ਤੇ ਗਾਇਆ ਸੀ ਸਾਡਾ ਲਾਸਟ ਰਾਊਂਡ ਸੀਗਾ ਫੋਕ ਰਾਊਂਡ ਰਾਈਟ ਔਰ ਉਦੋਂ ਸਚਿਨ ਸਰ ਸੀ ਮਾਸਟਰ ਸਲੀਮ ਜੀ ਸੀ ਹਰਭਜਨ ਮਾਨ ਜੀ ਸੀ ਸੋ ਜਿੱਦਾਂ ਹੀ ਮੈਂ ਇਹ ਫੋਕ ਗਾ ਕੇ ਹਟੀ ਸੀ ਔਰ ਸਰ ਹੁਣਾਂ ਨੇ ਸਟੈਂਡਿੰਗ ਓਵੇਸ਼ਨ ਦਿੱਤੀ ਸੀ ਔਰ ਆਡੀਅੰਸ ਵੀ ਖੜੀ ਹੋ ਗਈ ਸੀ ਲਾਈਕ ਉਹ ਮੂਮੈਂਟ ਮੇਰੀ ਲਾਈਫ ਦਾ ਹੁਣ ਤੱਕ ਦਾ ਬੈਸਟ ਮੂਮੈਂਟ ਆ ਕੀ ਬਾਤ ਹੈ ਜੀ ਚਲੋ ਥੈਂਕ ਯੂ ਸੋ ਮਚ ਜੀ ਇਹ ਗੱਲ ਹੋ ਰਿਹਾ ਕਿ ਇਹਨਾਂ ਦੀ ਬਹੁਤ ਵਧੀਆ ਫਰੈਂਡ ਫਾਸਟ ਫਰੈਂਡ ਇਸ ਸ਼ੋਅ ਦੇ ਦੌਰਾਨ ਬਣੇ ਸੀ ਉਹ ਸੀ ਜੀ ਕੌਰਬੀ ਤੇ ਹੁਣ ਅਗਲੇ ਐਪੀਸੋਡ ਦੇ ਵਿੱਚ ਉਹ ਆਣਗੇ ਠੀਕ ਹੈ ਰਾਈਟ ਸੋ ਥੈਂਕ ਯੂ ਸੋ ਮਚ ਆਓ ਜੀ ਇੱਕ ਵਾਰ ਜ਼ੋਰਦਾਰ ਤਾੜੀਆਂ ਜੀ